ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਬਟਾਲਾ ਦੇ ਢਿਲਵਾਂ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿਲਵਾਂ ਦੇ ਕਤਲ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਲਵਾਰਾਂ ਤਣ ਗਈਆਂ ਸਨ ਅਤੇ ਹੁਣ ਵੀ ਅਜਿਹਾ ਹੀ ਜਾਰੀ ਹੈ ਕਿਉਂਕਿ ਦਲਬੀਰ ਸਿੰਘ ਢਿਲਵਾਂ ਦਾ ਭੋਗ ਸੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਸਿਰਫ 4 ਕਿਲੋਮੀਟਰ ਸੀ ਉੱਥੋਂ ਪਰ ਫਿਰ ਵੀ ਸੁਖਜਿੰਦਰ ਸਿੰਘ ਰੰਧਾਵਾ ਭੋਗ ਤੇ ਨਹੀਂ ਪਹੁੰਚੇ ਅਤੇ ਬਿਕਰਮ ਸਿੰਘ ਮਜੀਠੀਆ ਪਹੁੰਚੇ ਸਨ ਜਿਸ ਤੋਂ ਬਾਅਦ ਲਾਣਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹਨਾਂ ਨਾਲ ਤਾਂ ਕਹਿੰਦੇ ਜੀ ਇਹ ਪਰਿਵਾਰ ਅੱਤਵਾਦੀ ਪਰਿਵਾਰ ਆ ਇੱਥੇ ਆਉਣਾ ਤੇ ਜੱਗੂ ਦਾ ਪਰਿਵਾਰ ਬੜਾ ਚੰਗਾ ਉਹਦੇ ਤੂੰ ਜਾ ਕੇ ਰੋਟੀ ਵੀ ਖਾ ਆਉਣਾ ਉਹ ਤੇਰੇ ਵੀ ਰੋਟੀ ਖਾ ਆਉਂਦੇ ਇੱਥੋਂ ਹੀ ਸਮਝ ਆ ਜਾਂਦੀ ਕਿ ਕੀ ਸੋਚ ਹੈ ਔਰ ਜਿਹੜੀ ਭੁੰਦੜ ਸਾਹਿਬ ਨੇ ਗੱਲ ਕੀਤੀ ਦੁਖਦਾਈ ਇੰਸੀਡੈਂਟ ਸੰਗਰੂਰ 'ਚ ਵਾਪਰਿਆ 7 ਵਜ਼ੀਰ ਗਏ ਜੀ ਔਰ ਇੱਥੇ 3 ਕਿਲੋਮੀਟਰ ਦੀ ਦੂਰੀ 'ਤੇ ਜਿਹੜਾ ਵਜ਼ੀਰ ਆ ਉਹਦੇ ਲਫ਼ਜ਼ ਸੁਣ ਲਓ ਉਹਦੇ ਸ਼ੇਮਲੈਸ ਐਟੀਟਿਊਡ ਡਿਸਗਸਟਿੰਗ ਐਟੀਟਿਊਡ ਮਤਲਬ ਲਫ਼ਜ਼ ਹੀ ਨਹੀਂ ਕਿ ਮੈਂ ਉਹਨਾਂ ਦੀ ਕਿਹੜੇ ਲਫ਼ਜ਼ਾਂ ਨਾਲ ਨਿੰਦਾ ਕਰਾਂ ਉਹ ਤੁਹਾਡੇ ਸਾਹਮਣੇ ਜਦੋਂ ਵੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਪੁੱਛਿਆ ਜਾਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਇਸ ਅਕਾਲੀ ਸਰਪੰਚ ਦੇ ਕਤਲ ਦੇ ਪਿੱਛੇ ਤੁਹਾਡਾ ਹੱਥ ਹੈ ਤਾਂ ਸੁਖਜਿੰਦਰ ਸਿੰਘ ਰੰਧਾਵਾ ਇੱਕੋ ਗੱਲ ਕਹਿੰਦੇ ਨੇ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਤਾਂ ASI ਮਾਰਿਆ ਗਿਆ ਸੀ ਉਸਨੇ ਮਜੀਠੀਆ ਜਿੰਦਾਬਾਦ ਦੇ ਨਾਰੇ ਵੀ ਲਾਏ ਸਨ ਉਦੋਂ ਮਜੀਠੀਆ ਕਿਉਂ ਨਹੀਂ ਬੋਲਿਆ ਸੀ ਉਸ ਦਾ ਜਵਾਬ ਵੀ ਅੱਜ ਬਿਕਰਮ ਸਿੰਘ ਮਜੀਠੀਆ ਨੇ ਦੇ ਦਿੱਤਾ ਹੈ ਸਿਆਸੀ ਗੱਲ ਕੋਈ ਕਰੇ ਨਾ ਉਹਦਾ ਕੀ ਜਵਾਬ ਦਿਓਗੇ ਉਹ ਕੇਸ ਦਰਜ ਹੋਇਆ ਉਹ ਕੇਸ 'ਚ ਮੁਲਜ਼ਮ ਨੂੰ ਸਜ਼ਾ ਵੀ ਮਿਲ ਗਈ ਮਗਰ ਇਹ ਜਿਹੜੀ ਕਹਾਣੀ ਬਣਾਈ ਸੀ ਇਹ ਕਾਂਗਰਸ ਦੀ ਬਣਾਈ ਸੀ ਇਹ ਕਿੱਥੇ ਕੇਸ 'ਚ ਨਹੀਂ ਆਈ ਕੌਣ ਫੈਸਲਾ ਕਰੂ ਜੱਜ ਸਾਹਿਬ ਨੇ ਫੈਸਲਾ ਕਰਨਾ ਜੱਜ ਸਾਹਿਬ ਨੇ ਤਾਂ ਫੈਸਲਾ ਕਰਤਾ ਨਾ ਅੱਜ ਪਰਿਵਾਰ ਨੇ ਕਦੇ ਗੱਲ ਕਹੀ ਨਾ ਕਦੇ ਇਹ ਗੱਲ ਹੋਈ ਇਹ ਲਫ਼ਜ਼ ਕੇਵਲ ਅਤੇ ਕੇਵਲ ਇਹਨਾਂ ਦੇ ਸਨ ਔਰ ਇਹਨਾਂ ਹਾਲਾਤਾਂ ਕਰਕੇ ਵੀ ਜਿਹਦੇ ਰਣੀਕੇ ਸਾਹਿਬ ਦੇ ਉਹ ਹਲਕੇ ਦੇ ਕੇਸ ਸੀ ਜਦੋਂ ਜਿਸ ਦਿਨ ਉੱਥੇ ਗਏ ਕਈ ਕਾਂਗਰਸੀ ਉੱਥੇ ਬੈਠੇ ਸਨ ਜਿਹੜੇ ਸਿਆਸੀ ਰੋਟੀ ਸੇਕਣਾ ਚਾਹੁੰਦੇ ਪਰਿਵਾਰ ਨੇ ਉਹਨਾਂ ਨੂੰ ਭੋਗ ਤੇ ਬੋਲਣ ਨਹੀਂ ਦਿੱਤਾ ਇਸ ਲਈ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਕਿਉਂਕਿ ਇਹਨਾਂ ਗੱਲਾਂ 'ਚ ਸੱਚ ਕੋਈ ਨਹੀਂ ਸੀ ਔਰ ਉਹ ਕੋਰਟ ਨੇ ਵੀ ਨਿਪਟਾਰਾ ਕਰਤਾ ਸਭ ਨੇ ਕਰਤਾ ਇਸ ਲਈ ਰੰਧਾਵਾ ਕੀ ਕਵੇ ਉਹਦਾ ਕੀ ਹੈ ਮੈਂ ਤਾਂ ਅੱਜ ਵੀ ਕਹਿੰਦਾ ਸੁਖਜਿੰਦਰ ਸਿੰਘ ਰੰਧਾਵਾ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਪਹਿਲਾਂ ਕਿਸਨੇ ਗੈਂਗਸਟਰ ਸ਼ਬਦ ਸੁਣਿਆ ਤੱਕ ਨਹੀਂ ਸੀ ਜੋ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਉਸ ਦੇ ਵਿੱਚ ਹੀ ਗੈਂਗਸਟਰ ਇਹਨਾਂ ਨੇ ਹੀ ਪੈਦਾ ਕੀਤੇ ਨੇ ਇਸ ਦਾ ਜਵਾਬ ਵੀ ਬਿਕਰਮ ਸਿੰਘ ਮਜੀਠੀਆ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇ ਦਿੱਤਾ ਹੈ ਬਾਦਲ ਸਾਹਿਬ ਨਾਲ ਜੋੜਤਾ ਨਾਂ ਉਹਦਾ ਆਪਣੇ ਦਾ ਗਾਉਂਡਰ ਦਾ ਗਾਉਂਡਰ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਫਿਰ ਦੇ ਪਰਚਾ ਬਾਦਲ ਸਾਹਿਬ ਫਿਰ ਤੂੰ ਪਰਚਾ ਕਿਉਂ ਨਹੀਂ ਦਿੰਦਾ ਤੂੰ ਰਲਿਆ ਬਾਦਲ ਸਾਹਿਬ ਨਾਲ ਫਿਰ ਦੇਖੋ ਇਹ ਬੰਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਔਰ ਸੰਤੋਖ ਸਿੰਘ ਰੰਧਾਵੇ ਬਾਰੇ ਅੱਜ ਭੁੱਲ ਗਏ ਆਪਾਂ ਗੱਲਾਂ ਕਿ ਉਦੋਂ ਰਾਜੀਵ ਗਾਂਧੀ ਨੇ ਇਹਨਾਂ ਦਾ ਅਸਤੀਫਾ ਲਿਆ ਸੀ ਇਹਦੇ ਬਜ਼ੁਰਗ ਤੋਂ ਕਿਉਂ ਲਿਆ ਸੀਗਾ PPCC ਪ੍ਰਧਾਨ ਤੋਂ ਮੰਤਰੀ ਤੋਂ ਤੁਹਾਨੂੰ ਸਭ ਨੂੰ ਪਤਾ ਖਬਰ ਲੱਗੀ ਆ ਅਤੇ ਜੇ ਬਾਦਲ ਸਾਹਿਬ ਦਾ ਹੈਗਾ ਤੈਨੂੰ ਪਤਾ ਤੂੰ ਵਜ਼ੀਰ ਹੈ ਫਿਰ ਨਲਾਇਕ ਵਜ਼ੀਰ ਹੈ ਫਿਰ ਜੇ ਤੂੰ ਪਰਚਾ ਨਹੀਂ ਦਿੰਦਾ ਕਰ ਕਾਰਵਾਈ ਜਿੱਥੇ ਮੈਂ ਦਿੰਦਾ ਤੈਨੂੰ 48 ਘੰਟੇ ਜੇ ਹਿੰਮਤ ਹੈ ਤਾਂ ਦੇ ਦੀ ਫਿਰ ਬਿਕਰਮ ਸਿੰਘ ਮਜੀਠੀਆ ਇੰਨੇ ਗਰਮ ਇਸ ਲਈ ਹੋਏ ਫਿਰਦੇ ਨੇ ਕਿਉਂਕਿ ਦਲਬੀਰ ਸਿੰਘ ਢਿਲਵਾਂ ਜੋ ਕਿ ਸਾਬਕਾ ਅਕਾਲੀ ਸਰਪੰਚ ਨੇ ਢਿਲਵਾਂ ਪਿੰਡ ਦੇ ਉਹਨਾਂ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਇਸ ਦੇ ਪਿੱਛੇ ਜੱਗੂ ਭਗਵਾਨਪੁਰੀਏ ਦਾ ਹੱਥ ਹੈ ਅਤੇ ਜੱਗੂ ਭਗਵਾਨਪੁਰੀਏ ਦੇ ਰਾਹੀਂ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਕਤਲ ਕਰਵਾਇਆ ਇਸ ਕਰਕੇ ਉਹਨਾਂ ਨੂੰ ਮੰਤਰਾਲੇ ਤੋਂ ਡਿਸਮਿਸ ਕਰਨਾ ਚਾਹੀਦਾ ਹੈ ਮੰਤਰੀ ਦੇ ਅਹੁਦੇ ਤੋਂ ਲਾ ਦੇਣਾ ਚਾਹੀਦਾ ਜਿਸ ਤੋਂ ਬਾਅਦ ਜਵਾਬ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਸਿੰਘ ਮਜੀਠੀਆ ਤੇ ਹੀ ਜਵਾਬੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਕਹਿੰਦੇ ਸਨ ਕਿ ਗੈਂਗਸਟਰ ਤੁਸੀਂ ਪਾਲਦੇ ਹੋ ਤੁਹਾਡੇ ਸਾਥੀ ਨੇ ਗੈਂਗਸਟਰ ਅਸੀਂ ਕਿਸੇ ਵੀ ਗੈਂਗਸਟਰ ਨੂੰ ਨਹੀਂ ਜਾਣਦੇ ਪਰ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਦਾ ਇਹ ਕਤਲ ਹੋਇਆ ਇੱਕ ਵਾਰ ਵੀ ਅਫਸੋਸ ਕਰਨ ਲਈ ਉਹਨਾਂ ਦਾ ਪਿੰਡ ਭਾਵੇਂ ਉੱਥੋਂ ਲਗਭਗ 4 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਫਿਰ ਵੀ ਉੱਥੇ ਉਹ ਨਹੀਂ ਪਹੁੰਚੇ ਜਦੋਂ ਪੁੱਛਿਆ ਗਿਆ ਕਿ ਤੁਸੀਂ ਅਫਸੋਸ ਕਰਨ ਤਾਂ ਜਾ ਸਕਦੇ ਸੀ ਤਾਂ ਕਹਿੰਦੇ ਸਨ ਕਿ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਵਾਸਤਾ ਨਹੀਂ ਫਿਰ ਮੇਰਾ ਤਾਂ ਉੱਥੇ ਜਾਣਾ ਬਣਦਾ ਹੀ ਨਹੀਂ ਹੈ ਪਰ ਉਹ ਭੁੱਲ ਗਏ ਕਿ ਉਹ ਪੰਜਾਬ ਦੇ ਮੰਤਰੀ ਨੇ ਉੱਥੋਂ ਦੇ MLA ਵੀ ਨੇ MLA ਦਾ ਮਤਲਬ ਹੁੰਦਾ ਹੈ ਕਿ ਸਾਰਿਆਂ ਦਾ ਨੁਮਾਇੰਦਾ ਅਤੇ ਉਹਨਾਂ ਦਾ ਤਾਂ ਪਿੰਡ ਵੀ ਉੱਥੋਂ 2-3 ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਫਿਰ ਵੀ ਉੱਥੇ ਅਫਸੋਸ ਕਰਨ ਲਈ ਵੀ ਨਹੀਂ ਪਹੁੰਚੇ ਬਿਕਰਮ ਸਿੰਘ ਮਜੀਠੀ ਦਾ ਕਹਿਣਾ ਹੈ ਕਿ ਇੱਥੋਂ ਪਤਾ ਲੱਗਦਾ ਹੈ ਕਿ ਦਿਲ ਦੇ ਵਿੱਚ ਡਰ ਹੈ ਕਤਲ ਆਪ ਕਰਵਾਇਆ ਤਾਂ ਹੀ ਅਫਸੋਸ ਕਰਨ ਵੀ ਨਹੀਂ ਆਏ ਨੇ ਪਰ ਵੱਡੀ ਗੱਲ ਇੱਥੇ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਿੰਨੀ ਦੇਰ ਤੱਕ ਇਸ ਕਤਲ ਦਾ ਪੂਰਾ ਨਿਬੇੜਾ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਪਿੱਛੇ ਨਹੀਂ ਹਟੇਗਾ ਕਿਉਂਕਿ ਪਹਿਲਾਂ ਸਿਰਫ ਬਿਕਰਮ ਸਿੰਘ ਮਜੀਠੀਆ ਇਸ ਮਸਲੇ ਨੂੰ ਲੈ ਕੇ ਅੱਗੇ ਵੱਧ ਰਹੇ ਸਨ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ
भी उन्होंने नाल आ गई है। बलविंद भूंदड़ भी पहुंचे सन, गुलजार सिंह रणके भी पहुंचे सन। इस तरह लग रहा है कि श्रोमणी अकाली दल इस मसले को किस न किसी किनारे ला के सा लेगा, पर वड्डियां गल्लां बिक्रम सिंह मजीठिया ने कीतियां ने। जो छियाटा चौंक के ASI का कतल होया सी, कातल ने मजीठिया जिंदाबाद नारे लाए सन, उसका जवाब भी अज गुस्से में आके बिक्रम सिंह मजीठिया ने दे दिता है। यह भी कह दिता है कि जेकर तुसी इन्ने वड्डे वड्डे साडे ते इल्जाम लाउंदे हो तां सरकार तुहाडी है, अजे तक परचा क्यों नहीं किया कि तुसी साडे नाल रले होए हो, जे नहीं रले तां तुसी नलायक मंत्री हो, अजे तक तुहाडे तों परचा ही नहीं किया गया। बलविंदर सिंह भूंदड़ ने भी यही गल कही है कि इन्हां नूं सिर्फ सरकार चाहीदी सी, इसे करके सिर्फ ना ही लाए ने, क्योंकि जेकर एक भी इल्जाम सच्चा हुंदा तां हुण तक बिक्रम सिंह मजीठिया ते भी परचा होना सी, सुखबीर सिंह बादल ते भी परचा होना सी, प्रकाश सिंह बादल ते भी परचा होया होना सी। पर अजिहा कुछ भी, 3 साल की सरकार लंघ गई है, कुछ भी नहीं होया। इस तरह श्रोमणी अकाली दल के लीडर बड़का मारते दिखाई देते हैं, कहते हैं कि असी सच्चे हाँ, ये झूठे ने जो साढ़े ते झूठे इल्जाम लाते सन। पर फिलहाल ये कतल का मसला अजे तक सुलझता दिखाई नहीं दिता है, क्योंकि पुलिस भी श्रोमणी अकाली दल के लीडर की गल सुनती दिखाई नहीं दिंदी। वो कहते हैं कि निजी रंजिश सी, कतल हो गया, सुलझा लिया जाएगा। पर मजीठिया कहते हैं कि कतल तो कैबिनेट मंत्री ने करवाया, पुलिस उसनू किवें फड़ सकती है। एक सवाल हुण असीं तुहाडे तों तां पंजाब टीवी दे दर्शकां तों पंजाब दे लोकां तों पुछ लैणा चाहुंदे आ कि कैबिनेट मंत्री ने पंजाब दे सुखजिंदर सिंह रंधावा उसे हलके दे MLA ने, 4 किलोमीटर की दूरी दे पिंड है, पर फिर भी वह अफसोस करन लई क्यों नहीं पहुंचे। इस दुख की घड़ी में तुहानू लगता है कि मंत्री होने के नाते, MLA होने के नाते उन्होंने अफसोस करने लई घट्टो घट्ट उस परिवार के कोल जाना चाहिए सी। इस बारे तुहाडी जो भी राय है इस खबर से कमेंट करके अपनी राय जरूर दिओ। जेकर तुसी इसे तरह पंजाब की हर खबर निरपक्षता नाल देखते रहना चाहते हो तो यूट्यूब तो पंजाब टीवी के चैनल में सबसक्राइब जरूर कर लो, बैल वाला बटन जरूर दबा लेना। मैं जज सिंह चाहल अगली बार फिर हाजिर होवांगा, तुसी देखते रहो पंजाब टीवी, हर खबर का सच। सब तो पहला तो जी मैं जिहड़ी हवानियत और जो मैं समझदा कि एक जानवर भी इस तो वध हमदर्दी शो करता, कल ये बयान सुन के मैनूं तां हैरानगी होगी कि इंसान दे कोई गुण भी ने कि नहीं है। न्यूज़ चैनल नूं ये गल कह देनी जिन्हां दी माता अगे नहीं है, फादर साहब की डैथ हो गई है, बच्ची न्यूली वैड है, हले उहदे चूड़ा उन्हें पाया, एक बच्चे का विआह होना है, ये गल कह देनी परिवार को तो प्रॉब्लम उन्होंने इन बिन लाज कह रहे हैं रंधावा साहब दे कि परिवार को तो प्रॉब्लम है कोई नहीं, मजीठिए नू प्रॉब्लम है। तुसी केड़ा जिदे च भी माड़ा मोटा भी इंसानियत का किणका कोई यह जे लफ्ज वरत सकता जी किसी लिए कि हमदर्दी। देखो विरोध किसी ने साथ दिता, किसी ने विरोध किया, बट तुसी वजीर का दे हो, पंजाब दे हो, सहुं खाधी है तुसी, शपथ ली है, और वह शपथ जो तुसीं कहा मैं किसी नाल भाव भेद नहीं रखांगा, मैं सब नाल बराबर रहूँगा। मैं एक गल पुछना चाहुंदा, 3 किलोमीटर तो इत्थों धारो वाली पिंड है वजीर साहब का, अफसोस तुसीं करके राजी नहीं, इस तों ही स्पष्ट हो जाता कि थोड़े दिल के अंदर, थोड़े मन के अंदर की सोच है। और ये हद तक 10 दिन हो गए, एक बंदा कल इन्होंने जदों प्रेशर वध गया, जदों मैनू पता लग्या कि मुख्यमंत्री ने किते ना किते वापस आना सी, उन्होंने वापस आने तो पहला एक बंदा पुलिस ने नहीं फड़िया, इन्होंने आप प्रेशर हेठ पेश कराया। और मैं ये गल पुछदा कि SSP साहब ने 2-3 गल्लां कहियां, हुण उह SSP ते भरोसा कौन करे जिन्हें 15-20 मिनटा बाद ही कहता जी ये तो पर्सनल रंजिश, ना तुसी हले फड़िया किसी नू, ना उहदी इंटरोगेशन हुई, इन्हां नू इन्हां दी बेटी जब पहला दिन गई सी मिले ही नहीं बेटी नू, कहिंदे बिजी ने वजीर साहब आए आ, ते वजीर आया उहदे नाल तुसी एडे बिजी हो कि जिहदा बाप गया उहदे कोल समां कोई नहीं। देखो ये हिसाब किताब इत्थे होने आ जी, ये स्कोर कमेटी च ही फैसला हो गया, जिवें भूंदड़ साहब ने कहा है, साडा कल असी जे कोर्ट भी गए ज कितने भी गए ना, सानू यह कहना तुसी DGP को गए, तुसी जे थोनू SSP ते भरोसा नहीं सी, तुसी हायर अप्स को गए, असी हायर अप्स को गए, भरोसा कल टुट गया जब IG दी थले जी SIT नवी बनाई, वधिया काम किया नवी SIT बना, फिर घूमन नू पाता विच, घूमन साहब दी ते जान ही नहीं। मैं तो अज घूमन साहब नू बेनती करना कि घूमन साहब वजीर आने लथ जाने, तुसी वर्दी पाई आ, वर्दी का वास्ता थोनू
ਇਹ ਬੇਟੀ ਦੇ ਵੱਲ ਵੇਖ ਲਓ ਨਵਨੀਤ ਵੱਲ, ਉਹਦੇ ਵਾਸਤਾ ਕੋਈ ਉਹਦੀ ਉਹਦੇ ਇਹਨਾਂ ਦੇ ਦਿਲ 'ਚੋਂ ਜਦੋਂ ਹਾਏ ਗਈ ਤਾਂ ਕੋਈ ਬਚਾਊ? ਫਿਰ ਇਨਸਾਫ ਦੇ ਦਿਓ, ਕਿਉਂ ਤੁਸੀਂ ਇਹ ਡਰਾਮਿਆਂ 'ਚ ਪਏ ਹੋ? ਔਰ ਤੁਹਾਡੇ ਕੋਲ ਟਾਈਮ ਹੀ ਨਹੀਂ ਪਰਿਵਾਰ ਨੂੰ ਮਿਲਣ ਦਾ, ਕਦੇ ਪਰਿਵਾਰ ਨੂੰ ਠੰਡੇ ਮਤੇ ਨਾਲ ਸੱਦ ਕੇ ਉਹਨਾਂ ਦਾ ਦੇਲੇ ਹੌਲਾ ਕਰ ਦਿਓ।